ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। COVID-19 ਜਾਂ ਕਰੋਨਾ ਵਾਇਰਸ, ਅੱਜ ਦੀ ਡੇਟ 'ਚ ਆਪਾਂ ਸਾਰੇ ਜਾਣੇ ਇਹ ਤੋਂ ਜਾਣੂਆ, ਇਹਦੇ ਬਾਰੇ ਚੰਗੀ ਤਰ੍ਹਾਂ ਪਤਾ। ਮੇਰੇ ਵੱਲੋਂ ਵੀ ਇਹੀ ਅਪੀਲ ਆ, ਕਿਰਪਾ ਕਰਕੇ ਜੋ ਆਪਾਂ ਨੂੰ ਗੁਰੂ ਸਾਹਿਬਾਨ ਪਹਿਲਾਂ ਸਿਖਾਉਂਦੇ ਨੇ, ਸੁੱਚਮ ਰੱਖੋ, ਸੁੱਚੇ ਰਹੋ, ਸਾਫ਼ ਰਹੋ, ਟੱਚ ਨਾ ਕਰੋ ਬਿਨਾਂ ਬਿਨਾਂ ਕਿਸੇ ਚੀਜ਼ ਨੂੰ, ਜੂਠਾ ਨਾ ਖਾਓ, ਆਪਣੇ ਘਰਾਂ 'ਚ ਰਹੋ। ਇਹ ਸਾਰਾ ਸਿਰਫ ਆਪਾਂ ਆਪਣੀ ਸੇਫਟੀ ਲਈ, ਆਪਣੇ ਪਰਿਵਾਰ ਦੀ ਸੇਫਟੀ ਲਈ, ਆਪਣੇ ਸੂਬੇ ਦੀ ਸੇਫਟੀ ਲਈ ਅਤੇ ਉਹ ਸਾਰੇ ਦੇਸ਼ ਵਾਸੀਆਂ ਦੀ ਸੇਫਟੀ ਲਈ, ਕਿਉਂਕਿ ਜੇ ਇਹ ਵੱਧ ਗਿਆ, ਜਿੰਨਾ ਇਹ ਚੱਲ ਰਿਹਾ, ਤਾਂ ਇਹ ਰੁਕਣਾ ਨਹੀਂ। ਵੱਡੇ ਵੱਡੇ ਦੇਸ਼ ਇਹਦੇ ਨਾਲ ਜੂਝ ਰਹੇ ਨੇ, ਇਹ ਤੋਂ ਸਫ਼ਰ ਕਰ ਰਹੇ ਨੇ, ਆਪਾਂ ਸਾਰੇ ਇਹ ਤੋਂ ਜਾਣੂ ਹਾਂ। ਕਿਰਪਾ ਕਰਕੇ ਅਣਜਾਣ ਨਾ ਬਣੀਏ, ਉਹ ਹੁੱਲੜਬਾਜ਼ੀ ਦੇ ਵਿੱਚ ਆ ਕੇ ਬਿਨਾਂ ਗੱਲੋਂ ਸਕੂਟਰ ਮੋਟਰਸਾਈਕਲ ਚੱਕ ਕੇ ਬਾਜ਼ਾਰਾਂ ਨੂੰ ਨਾ ਜਾਈਏ, ਕਿਉਂਕਿ ਜਿਹੜੀਆਂ ਜ਼ਰੂਰੀ ਚੀਜ਼ਾਂ ਲੈਣੀਆਂ ਉਹਦੇ ਲਈ ਹਜੇ ਵੀ ਆਪਾਂ ਨੂੰ ਛੂਟ ਦਿੱਤੀ ਹੋਈ ਹੈ। ਆਪਾਂ ਕੋਈ ਵੀ ਜ਼ਰੂਰੀ ਚੀਜ਼ ਲੈ ਸਕਦੇ ਹਾਂ, ਜ਼ਰੂਰੀ ਕੰਮ ਕਰ ਸਕਦੇ ਹਾਂ। ਕਿਰਪਾ ਕਰਕੇ ਆਪਣੇ ਘਰਾਂ 'ਚ ਰਹੀਏ, ਕਿਉਂਕਿ ਇਹ ਅਣਜਾਣਪੁਣੇ ਦੇ ਵਿੱਚ ਜੇ ਇੱਕ ਵਾਰ ਵੱਧ ਗਈ ਤਾਂ ਬਹੁਤ ਔਖਾ ਹੋ ਗਈ, ਬਹੁਤ ਵੱਡਾ ਨੁਕਸਾਨ ਹੋ ਸਕਦਾ, ਦੁਨੀਆਂ ਦਾ ਆਲਰੇਡੀ ਨੁਕਸਾਨ ਹੋ ਗਿਆ। ਕਿਉਂ ਨਾ ਜਿਹੜਾ ਘਰ 'ਚ ਰਹਿਣਾ, ਆਪਣੇ ਘਰ 'ਚ ਵਿੱਚ ਰਹਿਣਾ, ਇਹਨੂੰ ਇੱਕ ਪੋਜ਼ੀਟਿਵ ਵੇ ਨਾਲ ਸੋਚਿਆ ਜਾਵੇ। ਆਪਾਂ ਨੂੰ ਟਾਈਮ ਮਿਲਿਆ, ਆਪਾਂ ਘਰ 'ਚ ਰਹਿੰਦੇ ਹਾਂ, ਘਰ 'ਚ ਟਾਈਮ ਸਪੈਂਡ ਕਰਦੇ ਹਾਂ, ਆਪਣੇ ਮਾਂ ਪਿਓ ਨਾਲ ਗੱਲਾਂ ਕਰੋ, ਗ੍ਰੈਂਡ ਪੇਰੈਂਟਸ ਨਾਲ ਗੱਲਾਂ ਕਰੋ, ਜਾਣੋ ਵੀ ਸਾਡੇ ਨਾਮ ਪਿੱਛੇ ਅਲੀ, ਮੁਹੰਮਦ, ਰਾਮ, ਸਿੰਘ ਕਿਉਂ ਲੱਗਦਾ, ਕੀ ਚੀਜ਼ਾਂ ਨੇ, ਸਾਡੀ ਕੀ ਹਿਸਟਰੀ ਹੈ, ਦਾਦਾ ਜੀ ਕੀ ਕਰਦੇ ਸੀ, ਪੜਦਾਦਾ ਜੀ ਕੀ ਸੀ, ਸਾਡੀ ਕਿੱਥੋਂ ਸ਼ੁਰੂ ਹੋਈ, ਇਹ ਚੀਜ਼ਾਂ ਜਾਣਨ ਦਾ ਹੁਣ ਇਹ ਤੋਂ ਵਧੀਆ ਟਾਈਮ ਕੀ ਹੋ ਸਕਦਾ। ਆਪਾਂ ਜਾਣੀਏ, ਪਤਾ ਕਰੀਏ ਇਹਦੇ ਬਾਰੇ। ਯੂਟਿਊਬ ਦੇ ਉੱਤੇ ਆਪਾਂ ਨੂੰ ਫੇਕ ਨਿਊਜ਼ਾਂ ਵੀ ਮਿਲਦੀਆਂ, ਯੂਟਿਊਬ ਦੇ ਉੱਤੇ ਬਥੇਰੇ ਫੇਕ ਚੈਨਲ ਨੇ ਜਿਨ੍ਹਾਂ ਨੇ ਸਾਰਾ ਦਿਨ ਸਵਾਦ ਲੈਣਾ। ਨੈਗੇਟਿਵ ਮੀਡੀਆ, ਨੈਗੇਟਿਵ ਚੀਜ਼ਾਂ ਕਈ ਇਹੋ ਜਿਹੀਆਂ ਵੀ ਮਿਲਦੀਆਂ, ਕਈ ਪੋਜ਼ੀਟਿਵ ਚੀਜ਼ਾਂ ਵੀ ਮਿਲਦੀਆਂ। ਚੋਇਸ ਸਾਡੀ ਆ, ਆਪਾਂ ਚੂਜ਼ ਕਰੋ, ਚੰਗਾ ਚੂਜ਼ ਕਰੋ। ਯੂਟਿਊਬ ਦੇ ਉੱਤੇ ਹਰੇਕ ਤਰ੍ਹਾਂ ਦੀ, ਸਾਰੀ ਦੁਨੀਆਂ ਦਾ ਭੰਡਾਰ ਪਿਆ, ਗੂਗਲ 'ਤੇ ਸਾਰੀ ਦੁਨੀਆਂ ਦਾ ਭੰਡਾਰ ਪਿਆ, ਉਹ ਚੀਜ਼ਾਂ ਸਿੱਖੀਏ। ਕਿਉਂ ਨਾ ਇਤਿਹਾਸ ਬਾਰੇ ਪੜ੍ਹੀਏ, ਕਿਉਂ ਨਾ ਇਹ ਸਿੱਖੀਏ ਵੀ ਹਾਊ ਟੂ ਪੇਂਟ, ਹਾਊ ਟੂ ਡਰੋ, ਹਾਊ ਟੂ ਸਿੰਗ, ਕਿਵੇਂ ਸਿੰਗਿੰਗ ਕਰਨੀ ਹੈ, ਕੁਛ ਵੀ ਲਿਖੋ ਯੂਟਿਊਬ 'ਤੇ ਸਾਰਾ ਕੁਛ ਮਿਲਦਾ। ਕਿਉਂ ਨਾ ਉਹ ਸਿੱਖਿਆ ਜਾਵੇ। ਕਿਉਂ ਨਾ ਜਿਹੜੇ ਆਹ ਦਿਨ ਨੇ, ਆਹ ਦਿਨਾਂ ਦੇ ਵਿੱਚ ਸਾਰੇ ਮੇਰੇ ਆਪਣੇ ਜਿਹੜੇ ਮੇਰੇ ਭਰਾ ਮੈਨੂੰ ਪਿਆਰ ਕਰਦੇ ਆ, ਸਾਰਿਆਂ ਨੂੰ ਬੇਨਤੀ ਆ, ਕਿਉਂ ਨਾ ਯਾਰ ਆਹ ਦਿਨਾਂ ਦੇ ਵਿੱਚ ਕੋਈ ਪਾਠ ਸਿੱਖਿਆ ਜਾਵੇ। ਕਿਉਂ ਨਾ ਆਹ ਦਿਨਾਂ ਦੇ ਵਿੱਚ ਆਪਾਂ ਜਪਜੀ ਸਾਹਿਬ ਸਿੱਖੀਏ, ਕਿਉਂ ਨਾ ਆਹ ਦਿਨਾਂ ਦੇ ਵਿੱਚ ਕੀ ਕਿਵੇਂ ਬਾਣੀ ਪੜ੍ਹਨੀ ਆ, ਕਿਉਂ ਨਾ ਆਹ ਦਿਨਾਂ ਦੇ ਵਿੱਚ ਰਲ ਮਿਲ ਕੇ ਕੋਈ ਸਹਿਜ ਪਾਠ ਕੀਤਾ ਜਾਵੇ, ਕੋਈ ਜਿਹੜੇ ਮੁਸਲਮਾਨ ਭਰਾ ਨੇ ਕਲਮੇ ਪੜ੍ਹੇ ਜਾਣ, ਅਤੇ ਉਹ ਤੋਂ ਬਾਅਦ ਅਰਦਾਸ ਕੀਤੀ ਜਾਵੇ ਸਾਰੀ ਇਨਸਾਨੀਅਤ ਦੀ ਭਲਾਈ। ਕਿਉਂ ਨਾ ਇੱਦਾਂ ਕੀਤਾ ਜਾਵੇ। ਜਿਹੜੀਆਂ ਵੀ ਲੋੜੀਂਦੀਆਂ ਚੀਜ਼ਾਂ ਉਹਨਾਂ ਨੂੰ, ਉਹਨਾਂ ਤੋਂ ਬਿਨਾਂ ਕੋਈ ਵੀ ਕਿਰਪਾ ਕਰਕੇ ਬਾਹਰ ਨਾ ਜਾਵੇ। ਬਹੁਤ ਸੀਰੀਅਸ ਇਸ਼ੂ ਆ, ਪਰ ਇਹ ਬਹੁਤ ਸਹਿਜ ਤਰੀਕੇ ਨਾਲ ਆਪਾਂ ਇਹਨੂੰ ਟੈਕਲ ਕਰ ਸਕਦੇ ਹਾਂ। ਕਿਰਪਾ ਕਰਕੇ ਮੇਰੀ ਬੇਨਤੀ ਹੈ, ਸਾਰੇ ਜਣੇ ਘਰ 'ਚ ਰਹੀਏ, ਪਾਠ ਕਰੀਏ, ਆਪਣੇ ਹਿਸਟਰੀ ਨਾਲ ਜੁੜੀਏ, ਆਪਣੇ ਬਾਰੇ ਜਾਣੀਏ ਅਤੇ ਉਹਨਾਂ ਇਤਿਹਾਸ ਦੇ ਮਹਾਨ ਪੁਰਖਾਂ ਬਾਰੇ ਜਾਣੀਏ ਵੀ ਉਹ ਕਿਉਂ ਮਹਾਨ ਸੀ। ਹੁੱਲੜਬਾਜ਼ੀ, ਫੇਕ ਚੀਜ਼ਾਂ, ਫੇਕ ਗਿਆਨ, ਫਾਲਤੂ ਦਾ ਉਹ ਸਾਰਾ ਛੱਡ ਦਈਏ। ਆਪਣੇ ਆਪ ਦੇ ਵਿੱਚ ਰਹਿ ਕੇ, ਆਪਣੇ ਪਰਿਵਾਰ ਨਾਲ ਰਹਿ ਕੇ, ਪਰਿਵਾਰ ਨਾਲ ਗੱਲਾਂ ਕਰੀਏ, ਸਾਰੀਆਂ ਉਹ ਚੀਜ਼ਾਂ ਸਿੱਖੀਏ ਜਿਹੜੀਆਂ ਸਿਰਫ ਸਾਡੇ ਬੇਬੇ ਬਾਪੂ ਸਾਨੂੰ ਸਿਖਾ ਸਕਦੇ ਨੇ, ਸਿਰਫ ਸਾਡੇ ਗ੍ਰੈਂਡ ਪੇਰੈਂਟਸ ਸਿਖਾ ਸਕਦੇ ਨੇ, ਉਹਨਾਂ ਨਾਲ ਗੱਲਾਂ ਕਰੀਏ। ਮਾਲਕ ਸਭ ਨੂੰ ਰਾਜ਼ੀ ਰੱਖੇ, ਭੁੱਲ ਚੁੱਕ ਦੀ ਮਾਫ਼ੀ, ਜਿਉਂਦੇ ਵਸਦੇ ਰਹੋ, ਰਾਜ਼ੀ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ।